ਭਾਈਜਾਨ ਨੇ ਤਰਵੀਰ ਨੂੰ ਸਾਡਾ ਖੁੱਲ੍ਹਾ ਖੁੱਲ੍ਹਾ ਚੈਲੰਜ ਹੈ ਅਗਰ ਆ ਤੇ ਗੁਰੂ ਬਾਜ਼ੀਆਂ ਉਡਾਉਂਦਾ ਹੈ ਤੇ ਸਾਡੇ ਕੋਲ ਟਾਈਮ ਲੈ ਲਵੇ ਜਾਂ ਸਾਨੂੰ ਦੇ ਦੇਵੇ ਆ ਤੇ ਸਾਡੇ ਨਾਲ ਗੱਲ ਕਰ ਲਵੇ ਬਿਆਨੇ ਕਰ ਲਵੇ ਤੇ ਬਾਜ਼ੀਆਂ ਉਡਾਉਣ ਨੂੰ ਅਸੀਂ ਤਿਆਰ ਹੈ ਮੁੜ ਗੁੱਡੀ ਨੂੰ ਛੱਡ ਲਾ ਜਿੱਦਿਆਂ ਜਿੰਨੇ ਮਰਜ਼ੀ ਬਾਜ਼ੀਆਂ 2, 4, 5 ਜਿਵੇਂ ਦਿਲ ਕਰੇ ਛੱਡ ਲਓ ਗੁੱਡੀ ਤੇ ਕਲੋਕੀ ਤੇ ਜੋੜ ਪਾ ਲਓ ਜਿਸ ਵੇ ਮਰਜ਼ੀ ਦੁਬਾਰਾ ਸਲਾਮ ਅਸਲਾਮ ਵਾਲੇਕੁਮ ਭਾਈ ਤਮਾਮ ਗਰੁੱਪ ਵਾਲਿਓ ਭਾਈਜਾਨ ਅਤੈਰ ਨੇ ਤੇ ਸ਼ਮੂ ਨੇ ਚੈਲੰਜ ਕੀਤਾ ਹੈ ਅਸੀਂ ਉਹਦਾ ਚੈਲੰਜ ਕਬੂਲ ਕਰਨੇ ਆ ਸਾਡੀ ਵੀ ਇਹ ਗੁੱਡੀ ਤੇ ਉਹਨਾਂ ਦੀ ਕਲੋਕੀ ਜਿਸ ਟਾਈਮ ਦਿਲ ਕਰੇ ਆ ਤੇ ਬਿਆਨਾ ਕਰ ਸਕਦੇ ਹਾਂ ਠੀਕ ਹੈ ਤੇ ਬਾਕੀ ਗੱਲ ਫਿਰ ਬਹਿ ਤੇ ਹੋ ਜਾਸੀ ਤੇ ਜਿਹੜਾ ਕਹਿੰਦੇ ਨੇ ਨਾ ਗੁੜੀਆਂ ਫਿਸ ਗਈਆਂ ਤੇ ਗੁੜੀਆਂ ਪਾਟ ਗਈਆਂ ਚਲੋ ਗੁੜੀਆਂ ਫਿਸ ਪਾਟ ਗਈਆਂ ਤੇ ਕੱਲ ਮੋੜੋ ਵੱਧ ਜਾਉਣ ਜਿਹੜੀਆਂ ਹੈਗੀਆਂ ਸੀ ਤਗੜੀਆਂ ਆਈਆਂ ਉਹਨਾਂ ਦਾ ਕੱਲ ਮੂੰਹ ਤੇ ਵਜੀਆਂ ਵੀ ਡਿੱਗ ਗਏ ਮੋੜੋ ਤਾਂ ਕੱਲ ਨਾ ਵਧੇ ਹੈਗੇ ਤੇ ਮੋੜ ਮੋੜਾ ਟਾਈਮ ਆ ਤੇ ਜਿਹੜੇ ਮੋੜ ਹੈ ਉਸਨੇ ਮੋੜ ਇੱਥੇ ਆ ਕੇ ਤੇ ਬਰਾਬਰ ਕਰੋ ਉਸਨੇ ਨਾ ਆਉਣ ਹੈਗੀ ਹੈ ਕਿਸੇ ਗੱਲ ਨੂੰ ਬੰਦਾ ਵੇਖ ਤਾਂ ਸੋਚਿਆ ਟੁਰੇ ਹੈਗਾ ਹੁਣ ਚਿੱਠੀ ਲੱਗ ਗਈ ਨਾ ਹੁਣ ਬਰਦਾਸ਼ਤ ਕਰਨ ਦੀ ਐਡੀ ਜਲਦੀ ਗਾਬਰ ਗਿਆ ਨਾ ਪਹਿਲਾਂ ਤਾਂ ਬੜਾ ਦਾਅਵਾ ਹੈਗਾ ਹਾਂ ਕਿ ਮੋੜ ਸਾਡਾ ਇਹ ਤੇ ਸਾਡਾ ਉਹ ਫੋਰੀ ਆਇਆ ਮੋੜ ਪੈਰ ਫੋਰੀ ਆ ਗਿਆ ਉਹ ਤੈਰ ਕਹਿੰਦਾ ਜੀ ਮੈਂ ਤਾਂ ਨਹੀਂ ਆਖਾ ਮੈਂ ਬੰਦਾ ਮੂੰਹ ਤੇ ਕੀਤਾ ਨਾਲ ਸਾਈਲੈਂਟ ਹੋ ਗਿਆ ਇਸ ਲਈ ਮੈਂ ਪੈਸੇ ਗੱਲਾਂ ਕਰ ਸਕਦੇ ਨੇ ਫੇਸ ਤੇ ਨਹੀਂ ਕਰ ਸਕਦੇ